ਸਲਿਪਰੀ ਜਿਹੀ ਹੋਈ ਸੀਗੀ ਤਾਂ ਉਹਦੇ ਕਰਕੇ ਉਹ ਡਿੱਗ ਗਿਆ ਕਿ ਉਹਦੇ ਇਸ ਸਾਈਡ ਤੇ ਖੂਨ ਲੱਗਾ ਆਇਆ ਸੀਗਾ ਤਾਂ ਫਿਰ ਬਾਅਦ ਦੇ ਵਿੱਚ ਦਿਲ 'ਚ ਹੋਇਆ ਵੀ ਸ਼ਾਇਦ ਕੋਈ ਕਾਂਡ ਹੋਇਆ ਆ ਫਿਰ ਥੋੜ੍ਹੀ ਦੇਰ ਬਾਅਦ ਜਦੋਂ ਪਤਾ ਲੱਗਾ ਤਾਂ ਇੱਥੇ ਆਏ ਤਾਂ ਇਹਨਾਂ ਦੀ ਤਾਂ ਡੈਥ ਹੋ ਚੁੱਕੀ ਸੀਗੀ ਉਹਨਾਂ ਦੀ ਬੇਟੀ ਬਹੁਤ ਸੀਰੀਅਸ ਸੀਗੀ ਜਾਣੀ ਕਿ ਉੱਦਾਂ ਥੋੜ੍ਹੀ ਹੋਸ਼ ਸੀਗੀ ਉਹਨਾਂ ਨੂੰ ਤਾਂ ਉਹ ਕਹਿੰਦੀ ਸੀ ਭਾਬੀ ਸਾਨੂੰ ਬਚਾ ਲਓ ਵੀ ਸਾਡੇ ਮੇਰਾ ਪ੍ਰਾਹੁਣਾ ਮੇਰੇ ਗੋਲੀਆਂ ਮਾਰ ਕੇ ਦੌੜ ਗਿਆ ਤਾਂ ਫਿਰ ਬਾਅਦ ਦੇ ਵਿੱਚ ਉਹਨਾਂ ਦੀ ਬੇਟੀ ਨੂੰ ਇੱਦਾਂ ਆਂਢ ਗੁਆਂਢ ਸੱਦੇ ਤਾਂ ਉਹਨਾਂ ਦੀ ਬੇਟੀ ਨੂੰ ਲੈ ਕੇ ਗਏ ਹੁਸ਼ਿਆਰਪੁਰ ਤਾਂ ਇਹਨਾਂ ਦੀ ਤਾਂ ਡੈਥ ਹੋ ਚੁੱਕੀ ਸੀਗੀ ਪਤਾ ਹੈ ਕੁਛ ਕਦੋਂ ਆਇਆ ਸੀ ਇਹਨਾਂ ਦਾ ਸਰ ਕੁਛ ਇਸ ਬਾਰੇ ਨਹੀਂ ਪਤਾ ਕਿ ਉਹ ਸ਼ਾਮੀ ਵੀ ਮੇਰੇ ਕੋਲ ਬੈਠੇ ਸੀਗੇ ਰਾਤੀ 7 ਵਜੇ ਆਏ ਸਾਡੇ ਘਰੋਂ ਤਾਂ ਉਸ ਲਈ ਇਹਨਾਂ ਨੇ ਉਹਨੂੰ ਨਹੀਂ ਪਤਾ ਸੀ ਕੋਈ ਜਾਣਕਾਰੀ ਨਹੀਂ ਸੀਗੀ ਵੀ ਉਹਨੇ ਆਉਣਾ ਜਾਂ ਆਇਆ ਕੋਈ ਗੱਲ ਨਹੀਂ ਸੀਗੀ ਇਹ ਤਾਂ ਕਿਤੇ ਰਾਤ ਆਇਆ ਹਨੇਰੇ ਹੋਏ ਇੱਥੇ ਹਾਂਜੀ ਕਦੀ ਕੋਈ ਗੱਲ ਕੀਤੀ ਹੋਵੇ ਇਹਨਾਂ ਨੇ ਵੀ ਕੋਈ ਡਿਸਪਿਊਟ ਚੱਲਦਾ ਹੈ ਜਾਂ ਕੁਛ ਨਹੀਂ ਕੋਈ ਸਰ ਇਦਾਂ ਦੀ ਗੱਲੇ ਨਹੀਂ ਸੀ ਬੇਟੀ ਨੂੰ ਹਰ ਵਕਤ ਫੋਨ ਆਉਂਦਾ ਸੀ ਪ੍ਰਾਹੁਣੇ ਦਾ ਬੜੇ ਸੋਹਣੇ ਗੱਲਬਾਤ ਕਰਦੇ ਸੀ ਸੱਸ ਦਾ ਵੀ ਆਉਂਦਾ ਸੀਗਾ ਪਰ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਇਹਨਾਂ ਵਿੱਚ ਇਹ ਤਾਂ ਪਤਾ ਨਹੀਂ ਇੱਥੇ ਆ ਕੇ ਕੀ ਗੱਲ ਹੋਈ ਪਤਾ ਨਹੀਂ ਇਹਨਾਂ ਨੂੰ ਪਤਾ ਹੋਊਗਾ ਹੁਣ ਬਾਕੀ ਤੁਹਾਡੇ ਪਿੰਡ ਦੀ ਸਾਬਕਾ ਸਰਪੰਚ ਦੀ ਮੌਤ ਹੋਈ ਹੈ ਉਹਦੀ ਬੇਟੀ ਤੇ ਵੀ ਗੋਲੀਆਂ ਚੱਲੀਆਂ ਹੈ ਹਾਂਜੀ ਕੀ ਮਾਮਲਾ ਹੈ ਜਾਣਕਾਰੀ ਮਾਮਲਾ ਇਹਨਾਂ ਦਾ ਕੋਈ ਜਾਤੀ ਜਿੱਦਾਂ ਜੀ ਪ੍ਰਾਹੁਣੇ ਦੀ ਗੱਲਬਾਤ ਆ ਲੜਕੀ ਵਿਆਹੀ ਹੋ ਸੀ ਬਾਹਰ ਉਹਨਾਂ ਦੀ ਕੋਈ ਗੱਲਬਾਤ ਇਹਨਾਂ ਦੀ ਆਖਰੀ ਤਕਰਾਰ ਚੱਲਦੀ ਹੋਣੀ ਆ ਉਹਦੇ ਮੁਤਾਬਕ ਸਵੇਰੇ ਜਾਣਕਾਰੀ ਮੁਤਾਬਕ 6:45 ਸਾਨੂੰ ਜੋ ਜਾਣਕਾਰੀ ਮਿਲੀ ਕਿ ਇਹਨਾਂ ਦੇ ਘਰ ਗੋਲੀਆਂ ਚੱਲੀਆਂ ਉਹਨਾਂ ਤੋਂ ਬਾਅਦ ਬਲਵੀਰ ਕੌਰ ਦੀ ਜੋ ਬੋਡੀ ਦੇਖੀ ਗਈ ਆ ਉਹ ਘਰ ਸੀ ਅਤੇ ਲੜਕੀ ਨੂੰ ਲੈ ਕੇ ਹੁਸ਼ਿਆਰਪੁਰ ਸਿਵਲ ਹੋਸਪਿਟਲ ਲੈ ਗਏ ਹਾਂ ਗੱਡੀ 'ਚ ਪਾ ਕੇ ਅਤੇ ਉਹਨਾਂ ਨੂੰ ਉੱਥੋਂ ਉਹਨਾਂ ਨੂੰ ਰੈਫਰ ਕਰਤਾ ਜੌਲ ਹੋਸਪਿਟਲ ਜਲੰਧਰ ਅਤੇ ਐਂਬੂਲੈਂਸ 'ਚ ਪਾ ਕੇ ਅਤੇ ਜਾਣਕਾਰੀ ਮੁਤਾਬਕ ਆਪਾਂ ਉਹਨਾਂ ਨੂੰ ਉੱਥੇ ਐਡਮਿਟ ਕਰਾ ਕੇ ਹੁਸ਼ਿਆਰਪੁਰ ਪਿੰਡ ਆ ਗਏ ਹਾਂ ਅਤੇ ਹੁਣ ਘਰ ਇਹਨਾਂ ਦਾ ਜੋ ਬਹੂਆ ਹੈਗਾ ਮੌਕਾ ਆ ਉਹਦੇ ਬਾਰੇ ਜਾਣਕਾਰੀ ਜੀ ਇਹਨਾਂ ਨੂੰ ਪਤਾ ਆ ਵੈਸੇ ਪਿੰਡ ਨੂੰ ਇੰਨੀ ਨੌਲੇਜ ਪਈ ਰਾਤ ਆਇਆ ਸੀ ਜੋ ਜਾਣਕਾਰੀ ਮੁਤਾਬਕ ਆਂਢ ਗੁਆਂਢ ਪਈ ਰਾਤ ਆਇਆ ਸੀ ਉਹ ਅਤੇ ਸਵੇਰੇ ਜੋ ਵੀ ਬਕੂਆ ਕਰਕੇ ਉਹ ਭੱਜ ਗਿਆ ਉਹ ਜ਼ਿਲ੍ਹਾ ਜਲੰਧਰ ਅਪਰਾ ਪਿੰਡ ਦੇ ਲਾਗੇ ਕੋਈ ਪਿੰਡ ਆ ਉਹਨਾਂ ਦਾ ਹੋ ਸਕਦਾ ਕਿ ਐਸੇ ਵੀਕ 'ਚ ਆਇਆ ਹੋਵੇ ਬਾਕੀ ਜਾਣਕਾਰੀ ਨਹੀਂ ਹੈਗੀ ਇਹਨੂੰ ਮਾਮਲੇ ਜੋ ਪਿੰਡ ਦੇ ਲੋਕ ਦੱਸਦੇ ਆ ਵੀ ਰਾਤ 10:30 ਹੋਇਆ ਸੀ ਬੰਦਾ ਹੈ ਮਨਦੀਪ ਸਿੰਘ ਲੜਕੀ ਦੇ ਘਰ ਵਾਲਾ ਸਵੇਰੇ ਫਿਰ ਕੋਈ ਲੜਾਈ ਝਗੜਾ ਹੋਇਆ ਆਪਣੇ ਸਾਫ ਵਿੱਚ ਉਹਨੇ ਕੁੜੀ ਦੇ ਗੋਲੀਆਂ ਮਾਰੀਆਂ 3 ਗੋਲੀਆਂ ਉਹਦੀਆਂ ਮਾਰੀਆਂ ਅਤੇ ਸੱਸ ਜਿਹੜੀ ਬਲਵੀਰ ਕੌਰ ਆ ਇਹ ਗੋਲੀ ਉਹਦੀ ਵੱਜੀ ਹੈ ਤਾਂ ਬਲਵੀਰ ਕੌਰ ਤਾਂ ਮੌਕੇ ਡੈਥ ਹੋ ਗਈ ਆ ਅਤੇ ਲੜਕੀ ਜਿਹੜੀ ਆ ਉਹਨੂੰ ਰੈਫਰ ਕੀਤਾ ਹੈਗਾ ਉਹਨਾਂ ਨੇ ਜੌਲ ਹੋਸਪਿਟਲ ਦੇ ਅੰਦਰ ਲੜਕੀ ਦੇ ਬਿਆਨਾਂ ਤੋਂ ਇਹ ਲੱਗਦਾ ਵੀ ਉਹਦੇ ਘਰ ਵਾਲੇ ਨੂੰ ਗੋਲੀਆਂ ਮਾਰੀਆਂ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਤਫਤੀਸ਼ ਜਾਰੀ ਹੈ ਜੀ ਜੋ ਸਾਹਮਣੇ ਆਊਗਾ ਕਾਰਨ ਸਾਹਮਣੇ ਆਇਆ ਕਾਰਨ ਇਸਦਾ ਕੋਈ ਪਤਾ ਲੱਗਿਆ।